लेटेस्ट अपडेट्स सब तो पहला देखने लई सब्सक्राइब करो चैनल पंजाब ते प्रेस करो बेल आइकन। सारे पैन पर तुम क्या दे सारे दे वीडियो पे क्या तो सारे रिकॉर्डिंग पे क्या हर एक चीज पे ही है क्यों को क्या चीज दिखाओगे। हिंदू मैरिज एक्ट के अनुसार कोई भी व्यक्ति अपनी पहली पत्नी को तलाक दिते बिना दूजा विआह नहीं करवा सकता, पर जलंधर च एक बाइक सेल परचेज का काम करने वाले नौजवान से दूजा विआह करवाने का आरोप लग्या है। जलंधर के एक निजी होटल विच अपने आप नू दुल्हे की पहली पत्नी कहने वाली लड़की ने अपने विआह दीआं फोटोआं अते कुछ प्रूफ दिखाते हुए जम के हंगामा किया। लड़की ने दसिया कि उसके पति ने हिमाचल के चिंतपुर्णी मंदिर विच उस नाल विआह करवाया सी, पर उन्हां दे व्याह दा किते भी कोई पंजीकरण नहीं है अते ना ही कोर्ट विच इस व्याह नूं रजिस्टर करवाया गया। सर मेरी कोई अग्रीमेंट नहीं हुई, मेरा रोका होया सीगा, ओह मैं कंप्लेंट भी मेंशन कीता है कि मेरा रोका होया सीगा, पर उन्हां नूं मैं दस्या कि मैं ऑलरेडी मैरिड हैगी हां पेपरां च, ठीक है ना, ते मैं इस मैं विआह नहीं करा सकदी। मुंडे नूं मैं लग तो भी दस्या, फिर जदों गल खिलर गई मैं ते घरदिआं नूं भी दस्या, इसलिए ओह रोका तोड़ता होया काफ़ी टाइम तो। किन्नी देर होण तो बाद मैं हफ्ता भी नहीं रही होनी ते मैं उन्हूं दसता कि मेरा रोका टुट गया होया। इकबाल है, साहिल है, विशु है, उन्होंने मेरे फ्रेंड्स है, मतलब है नहीं कि मैं गलत हाँ, जो मैं सारे ना गलत हाँ मैं सारे केस करा, इतने क्यों करा, जो मैंने गलत लगेगा मैं उत्ते करना, ठीक है ना। मेरे मेरे होर भी मेल फ्रेंड है, मैं जॉब करती हूँ, मेरे उत्थे भी मेल फ्रेंड है, इहदा मतलब है नहीं कि मैं कितने गलत हाँ, इहदी सोचनी गलत है। जे आपां किसे नाल फोटो न्यूड फोटो मेरी न्यूड फोटो मेरी न्यूड इहदे नाल हैगी हैं, होर किसे नाल नहीं है। पिक्स साडियां किसे नाल भी हो सकदियां हैं, हुण मेरी थोड़े नाल, मैं सर मैनूं तुहाडे नाल पिक क्लिक करवानी किसे भी फ्रेंड ते इहदा मतलब इह थोड़ा कि असीं किसे दे नाल भी रिलेशन च न्यूड पिक दी गल करिए, उह हैगे तां सामने करिए, बिल्कुल ठीक है। ਉਹ ਇਹਦੇ ਕੋ ਹੈਗੀਆਂ ਆ, ਮੇਰੀ ਫਰੈਂਡ ਨਾਲ ਤੁਹਾਨੂੰ ਫੋਟੋ ਦਿਖਾ ਦਿੰਦੀ ਆ ਮੈਂ, ਜਿੱਦਾਂ ਦੀ ਤੁਹਾਨੂੰ ਇਹਨਾਂ ਦਿਖਾਈਆਂ ਨਾ ਉਦਾਂ ਦੀ ਤੁਹਾਨੂੰ ਮੈਂ ਦਿਖਾ ਦਿੰਦੀ ਆ। ਇਹ ਮੇਰੀ ਫਰੈਂਡਸ ਵੀ ਆ ਤੇ ਕਲਾਇੰਟਸ ਵੀ ਆ। ਅੱਛਾ ਜੀ, ਕੀ ਹੈ ਤੁਹਾਨੂੰ? ਤੇ ਸਰ ਇੱਕ ਐਕਸਟਰਨਲ ਦੀ ਮੈਰਿਜ ਨੂੰ ਕਾਫੀ ਟਾਈਮ ਹੋ ਗਿਆ, ਇਹਨਾਂ ਨੇ ਮੰਦਿਰ 'ਚ ਮੈਰਿਜ ਕੀਤੀ ਸੀਗੀ ਤੇ ਹੁਣ ਉਹ ਮੁੰਡਾ ਇੱਕ ਹੋਰ ਮੈਰਿਜ ਕਰਵਾਉਂਦਾ ਪਿਆ ਆ ਤੇ ਉਹਨੇ ਮੁੰਡੇ ਨੇ ਸੈਕਸ਼ਨ 9 ਦਾ ਇਹਨਾਂ ਤੇ ਦਿੱਤਾ ਵੀ ਹੋਇਆ ਸੀ ਕਿ ਮੇਰੇ ਨਾਲ ਘਰ ਆ ਕੇ ਆਪਣਾ ਘਰ ਵਸਾ ਲਏ ਤੇ ਹੁਣ ਉਹ ਇਦਾਂ ਦੂਜੀ ਮੈਰਿਜ ਕਰਵਾ ਨਹੀਂ ਸਕਦਾ ਬਿਨਾਂ ਡਿਵੋਰਸ ਦੇ, ਕਿਉਂਕਿ ਹਿੰਦੂ ਮੈਰਿਜ ਐਕਟ 'ਚ ਇਹ ਨਹੀਂ ਹੈਗਾ ਲਿਖਿਆ ਕਿਤੇ ਵੀ ਕਿ ਦੂਜੀ ਮੈਰਿਜ ਕਰਵਾ ਸਕਦਾ, ਅਗਰ ਇਹ ਮੁਸਲਿਮ ਆ ਤਾਂ ਫਿਰ ਕਰਵਾ ਸਕਦਾ, ਹਿੰਦੂ ਐਕਟ 'ਚ ਨਹੀਂ ਕਰਵਾ ਸਕਦਾ ਤੇ ਇਹੋ ਹੀ ਆ ਹੁਣ ਕਿ ਇਹਨੂੰ ਇਨਸਾਫ ਹੀ ਮਿਲਣਾ ਚਾਹੀਦਾ ਹੈ। ਪ੍ਰੂਫ ਹਾਂ ਬਿਲਕੁਲ ਪ੍ਰੂਫ ਸਾਰੇ ਹੈਗੇ ਆ ਸਾਡੇ ਕੋਲ, ਕਿਉਂਕਿ ਪ੍ਰੂਫ ਹੈਗੇ ਆ ਸੈਕਸ਼ਨ 9 ਦਾ, ਇੱਦਾਂ ਕੋਈ ਕਿਸੇ ਦੇ ਨਹੀਂ ਕਰ ਸਕਦਾ, ਅਗਰ ਉਹਨਾਂ ਨਾਲ ਮੈਰਿਜ ਹੋਈ ਆ ਘਰ ਵਸਾਉਣ ਬਾਰੇ ਉਹਨਾਂ ਨਹੀਂ ਅਸੀਂ ਕਹਿ ਸਕਦੇ, ਕਿਸੇ ਹੋਰ ਨੂੰ ਤਾਂ ਨਹੀਂ ਕਹਿ ਸਕਦੇ, ਸਾਰਾ ਕੁਝ ਪ੍ਰੂਫ ਸਾਡੇ ਕੋਲ ਹੈਗੇ ਆ। ਹਾਂਜੀ, ਇਹ ਮੈਰਿਜ ਨੂੰ ਮੰਨਿਆ ਤਾਂ ਨਹੀਂ ਜਾਊਗਾ, ਠੀਕ ਆ, ਇੱਕ ਕੁੜੀ ਦੀ ਤਾਂ ਲਾਈਫ ਖਰਾਬ ਹੋਈ ਹੋਈ ਆ, ਦੂਜੀ ਦੀ ਨਹੀਂ ਹੋ ਸਕਦੀ ਨਾ, ਇਹ ਤਾਂ ਹੁਣ ਕੁੜੀ ਦੀ ਫੈਮਿਲੀ ਨੂੰ ਵੀ ਚਾਹੀਦਾ ਹੈ ਕਿ ਨਾਲ ਕੋਪਰੇਟ ਕਰਨ। ਉਧਰ ਹੀ ਗੁਰਵਿੰਦਰ ਨਾਮ ਦੇ ਦੁਲਹੇ ਨੇ ਦੱਸਿਆ ਕਿ ਉਸਦੀ ਇਸ ਲੜਕੀ ਨਾਲ ਪਿਛਲੇ 4 ਸਾਲ ਤੋਂ ਸਿਰਫ ਦੋਸਤੀ ਸੀ ਅਤੇ ਉਸ ਤੇ ਗਲਤ ਦੋਸ਼ ਲਗਾਏ ਗਏ ਨੇ, ਉਸਨੇ ਇਸ ਲੜਕੀ ਨਾਲ ਵਿਆਹ ਨਹੀਂ ਕਰਵਾਇਆ। ਇਸ ਮੌਕੇ ਲੜਕੀ ਨੇ ਦੱਸਿਆ ਕਿ ਲੜਕੀ ਦੀ ਪਹਿਲਾਂ ਹੀ ਕਿਸੇ ਹੋਰ ਨਾਲ ਮੰਗਣੀ ਹੋ ਚੁੱਕੀ ਹੈ। ਮਾਮਲਾ ਭਾਜੀ, ਉਹ ਕੁੜੀ ਐਲੀਗੇਸ਼ਨ ਇਹ ਲਾ ਰਹੀ ਆ ਕਿ ਮੇਰਾ ਮੁੰਡੇ ਨਾਲ ਵਿਆਹ ਪਹਿਲਾਂ ਹੋਇਆ ਵਾ, 4 ਨੰਬਰ ਚੌਂਕੀ ਜਿਹਨੇ ਮੇਰੇ ਤੇ ਕੇਸ ਲਾਇਆ, ਕਹਿੰਦੀ ਮੇਰਾ ਵਿਆਹ ਕਰਾਓ, ਫਿਰ ਉਹ ਕਾਹਦਾ ਕੇਸ ਲਾਇਆ ਇਹਨੇ ਕਿ ਮੇਰਾ ਵਿਆਹ ਕਰਾਓ, ਮੀਨਸ ਕਿ ਵਿਆਹ ਨਹੀਂ ਹੋਇਆ ਇਸ ਲਈ ਲਾਇਆ ਉਹਨੇ, ਠੀਕ ਆ। ਫਿਰ ਉਹ ਕੇਸ ਟ੍ਰਾਂਸਫਰ ਹੋਇਆ ACP ਚੱਡੇ ਕੋਲ, ਉੱਥੇ ਤਰੀਕ ਰੱਖਤੀ ਜੀ ਉਹਨਾਂ ਨੇ ਕਿ ਤੁਹਾਡਾ ਇਸ ਤਰੀਕ ਨੂੰ ਜੀ ਵਿਆਹ ਹੋ ਜਾਊਗਾ, ਠੀਕ ਆ ਜੀ, ਜੋ ਵੀ ਆ ਉਹਨਾਂ ਨੇ ਕੀਤਾ ਕਿ ਇਸ ਤਰੀਕ ਨੂੰ ਤੁਹਾਡਾ ਵਿਆਹ, ਅਸੀਂ ਪਹੁੰਚੇ ਰਹੇ ਜਿੱਦਾਂ ਵੀ ਆ, ਇਹ ਕੁੜੀ ਫਿਰ ਉੱਥੇ ਵਿਆਹ ਤੋਂ ਮੁੱਕਰ ਕਹਿੰਦੀ ਮੈਂ ਵਿਆਹ ਨਹੀਂ ਕਰਾਉਣਾ, ਇਹ ਮੈਂ ਜ਼ਿੰਦਗੀ ਖਰਾਬ ਕਰਨੀ ਆ, ACP ਚੱਡਾ। ਉਸ ਤੋਂ ਬਾਅਦ ਕੇਸ ਟ੍ਰਾਂਸਫਰ ਹੋਇਆ ਆਪਣੇ ਮਨਦੀਪ ਸਿੰਘ ਜੀ ਕੋ, ਠੀਕ ਆ, ਆਪਣੇ ਉਹਨਾਂ ਨੇ ਕੋ ਵੀ ਇਹ ਇੱਦਾਂ ਹੀ ਮੁੱਕਰੀ, ਉੱਥੋਂ ਭੱਜ ਗਈ ਜੀ ਇਹ ਕੁੜੀ ਦਾ ਰੋਪ ਹੈ ਵੀ ਮੇਰੇ ਕੋਲ ਕੁਝ ਫੋਟੋ ਮੈਂ ਨਹੀਂ ਕੁਝ ਹੈ। ਹਾਂਜੀ ਭਾਜੀ, ਮੇਰੇ ਕੋ ਮੇਰੀ ਗੱਲ ਸੁਣੋ, ਰਿਲੇਸ਼ਨ ਤਾਂ ਸਾਰਿਆਂ ਦੇ ਹੁੰਦੇ ਆ, ਠੀਕ ਆ, ਰਿਲੇਸ਼ਨ ਤਾਂ ਸਾਰਿਆਂ ਦੇ ਹੁੰਦੇ ਆ, ਪਹਿਲਾਂ ਮਤਲਬ ਕਿ ਫਰੈਂਡ ਸੀਗੀ ਮੇਰੀ ਉਹ, ਠੀਕ ਨਹੀਂ, ਮਤਲਬ ਕਿ ਵਿਆਹ ਵਾਲਾ ਇੱਦਾਂ ਦਾ ਕੋਈ ਚੱਕਰ ਨਹੀਂ ਸੀਗਾ ਸਾਡਾ,
ਵਿਆਹ ਦਾ ਕੋਈ ਚੱਕਰ ਨਹੀਂ ਸੀਗਾ ਸਾਡੇ। ਕੀ ਕੁੜੀ ਨੇ ਵੀ ਅੰਗੇਜਮੈਂਟ ਕਰਾਈ ਹੈ? ਹਾਂਜੀ ਭਾਜੀ, ਕੁੜੀ ਨੇ ਅੰਗੇਜਮੈਂਟ ਕਰਾਈ ਜੀ। ਮੁੰਡੇ ਦਾ ਨਾਂ ਆਦਿ ਹੈ ਜੀ, ਜਿੰਨਾ ਇਹਦੀ ਅੰਗੇਜਮੈਂਟ ਹੋਈ ਹੈ। ਤੁਸੀਂ ਵੀ ਕੋਈ ਕੰਪਲੇਂਟ ਦੋਗੇ? शांत करते हुए कहा कि मामले की तफ्तीश तो बाद ही जो भी दोषी पाया गया उसते बनदी कारवाई की जाएगी। फिलहाल दोनों ही पक्षां नूं दो दिनों तो बाद अपने अपने प्रूफ लैके पेश होने लई कहा गया। सर, यह मीनाक्षी नाम की लड़की है, उन्हें कंप्लेंट दी है गुरविंदर सिंह लड़के से। उन्होंने कहना है कि लड़का जिहड़ा उन्होंने हसबेंड है और लड़के की मैरिज हो रही है। इन्हां कोल अदरवाइज कोई प्रूफ नहीं है कि इन्हां दा हसबेंड है, बिकॉज इन्हां कोल कोई मैरिज दीआं फोटोग्राफ्स नहीं सीगियां, मैरिज सर्टिफिकेट नहीं सीगा। बट इन्हां कोल इक एफीडेविट है, वह एफीडेविट के बिहाफ से असीं इत्थे आए हैं। बट वह लड़का नहीं मानता पिया, वह कहता पिया कि मेरे 40 साइन होए हुए हैं। सो उस चीज़ को वेरीफाई करवाया जाएगा। हुण असीं इन्हां तों कंप्लेंट लै ली हुई है, तो कंप्लेंट ते जो अगर तो इन्हों के अगेंस्ट आती है कि इन्हों के साइन पाए जाते हैं, फिर लड़के ते FIR दर्ज होएगी। मैरिज रोक दी गई है कि मैरिज है? मैरिज जी एज इट इज़ है, ऑलरेडी आई थिंक हो चुकी हुई है इन्हों की मैरिज। सो हुण अगर बाद में पाया जाता तो फिर इन्हों पर कार्रवाई होगी सैकेंड मैरिज। जिक्र योग है कि इस लड़की वालों जिस तरह हंगामा किया जा रहा है, हो सकता है वह सच बोल रही हो, पर पुलिस मुताबिक जेकर तफ्तीश तो बाद लड़का दोषी पाया गया तो उसके खिलाफ सख्त कार्रवाई होगी। जलंधर तो पुनीत अरोड़ा की रिपोर्ट, चैनल पंजाब। साड़ी लेटेस्ट खबर नूं सब तो पहला वेखण लई साडे चैनल चैनल पंजाब नूं करो सबसक्राइब ते नोटिफिकेशन लई दबाओ बैल दा बटन। It's cool to be Punjabi.